ਲੁਧਿਆਣਾ ਦੇ ਸੈਂਟਰਾ ਗ੍ਰੀਨ ਇਲਾਕੇ 'ਚ ਤੇਂਦੂਆ ਵੇਖੇ ਜਾਣ ਤੋਂ ਬਾਅਦ ਹਾਲੇ ਤੱਕ ਉਸ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ ਅਤੇ ਹੁਣ ਅੱਜ ਸਵੇਰ ਇੱਕ ਫਾਰਮ ਹਾਊਸ ਨੇੜੇ ਦੇਵ ਕਲੋਨੀ ਤੋਂ ਉਸ ਦੇ ਪੰਜਿਆਂ ਦੇ ਨਿਸ਼ਾਨ ਮਿਲੇ ਨੇ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਹਾਲਾਂਕਿ ਜਦੋਂ ਉਹ ਇਸ ਵੀਡੀਓ ਨੂੰ ਬਣਾਉਣ ਲੱਗੇ ਤਾਂ ਉਹ ਨਿਕਲ ਗਿਆ। ਇੱਥੇ ਵੀ ਦੱਸ ਦਈਏ ਕਿ ਮੌਕੇ 'ਤੇ ਲੁਧਿਆਣਾ ਫੋਰੈਸਟ ਰੇਂਜ ਦੇ ਅਫਸਰ ਪ੍ਰਿਤਪਾਲ ਸਿੰਘ ਨੇ ਪਹੁੰਚ ਜਿੱਥੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਤਾਂ ਉੱਥੇ ਹੀ ਉਹਨੇ ਕਿਹਾ ਕਿ ਰਾਤ ਦੀ ਲੋਕਾਂ ਨੂੰ ਚੁਕੰਨੇ ਰਹਿਣ ਦੀ ਲੋੜ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਅੱਜ ਉਹ ਮੂਵਮੈਂਟ ਕਰ ਸਕਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਫਿਲਹਾਲ ਉਹ ਇਲਾਕੇ ਤੋਂ ਦੂਰ ਨਿਕਲ ਗਿਆ। ਇਸ ਤੋਂ ਇਲਾਵਾ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ। ਆਵਾਜ਼ ਕੀਤੀ ਹੈ ਔਰ ਸਹੀ ਸੀਗਾ ਕਿ ਉੱਥੇ ਤੇਂਦੂਆ ਕਲੋਨੀ ਦੇ ਵਿੱਚ ਸੀ ਤਾਂ ਅਸੀਂ ਉੱਥੇ ਸਾਰਾ ਜਿਹੜੀ ਕਲੋਨੀ ਹੈਗੀ ਉਹ ਚੰਗੀ ਤਰ੍ਹਾਂ ਵਾਚ ਕੀਤੀ ਹੈ। ਜਿੰਨੇ ਵੀ ਉੱਥੇ ਥੱਲੇ ਕਾਰ ਪਾਰਕਿੰਗ ਹੈ ਜਾਂ ਜਿੱਥੇ ਵੀ ਉਹਦੀ ਛੁਪਣ ਦਾ ਅੰਦਾਜ਼ਾ ਸੀ ਸਾਰਾ ਕੁਝ ਸੀ, ਚੱਪਾ ਚੱਪਾ ਜਿਹੜਾ ਉਹਦਾ ਛਾਣ ਮਾਰਿਆ, ਪਰੰਤੂ ਉਹ ਕਿਤੇ ਵੀ ਸਾਨੂੰ ਨਹੀਂ ਮਿਲਿਆ। ਕੱਲ੍ਹ ਸ਼ਾਮ ਤੱਕ ਅਸੀਂ ਇਹੀ ਕੰਮ ਕਰਦੇ ਰਹੇ ਤਾਂ ਫਿਰ ਅਸੀਂ ਰਾਤ ਨੂੰ ਉੱਥੇ ਪਿੰਜਰਾ ਲਗਾ ਦਿੱਤਾ। ਉਹਦੇ ਵਿੱਚ ਰਾਤ ਨੂੰ ਅਸੀਂ ਮੀਟ ਰੱਖਿਆ ਵੀ ਜੇਕਰ ਉਹ ਜ਼ਰੂਰ ਇੱਥੇ ਆਏਗਾ ਨੇੜੇ ਤੇੜੇ ਹੋਇਆ ਤਾਂ ਉਹਨੂੰ ਭੁੱਖ ਲੱਗੂਗੀ ਤਾਂ ਉਹ ਮੀਟ ਖਾਣ ਆਊਗਾ, ਪਰੰਤੂ ਸਾਡਾ ਸਟਾਫ ਵੀ ਉੱਥੇ ਰਾਤ ਨੂੰ ਹਾਜ਼ਰ ਰਿਹਾ ਤਾਂ ਉਹ ਸਾਰੀ ਰਾਤ ਉੱਥੇ ਨਹੀਂ ਆਇਆ। ਉਸ ਤੋਂ ਬਾਅਦ ਮੈਨੂੰ ਤੜਕੇ 4:30 ਵਜੇ ਫੋਨ ਆਇਆ, ਕੰਟਰੋਲ ਰੂਮ 'ਤੇ ਤੋਂ ਆਇਆ ਸੀਗਾ ਔਰ ਉਸ ਤੋਂ ਬਾਅਦ ਮੈਨੂੰ ਮੈਂ ਨੰਬਰ ਲਿਆ ਵੀ ਕਿਸ ਨੇ ਫੋਨ ਕੀਤਾ ਤਾਂ ਸਰਪੰਚ ਸੀਗਾ ਉੱਥੇ ਪਿੰਡ ਦੇਵ ਕਲੋਨੀ ਹੈ ਉੱਥੋਂ ਦਾ ਸਰਪੰਚ ਸੀ, ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ। ਕਹਿੰਦੇ ਵੀ ਇੱਦਾਂ ਕਰਕੇ 4:30 ਵਜੇ ਇੱਥੇ ਦੇਖਿਆ ਸੀਗਾ ਇੱਕ ਪਰਸਨ ਨੇ, ਜਦੋਂ ਉਹਨੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਛਾਲ ਮਾਰ ਕੇ ਇੱਕ ਫਾਰਮ ਹਾਊਸ ਦੇ ਵਿੱਚ ਵੜ ਗਿਆ। ਮੈਂ ਜਾ ਕੇ ਉੱਥੇ ਸਾਰੇ ਛਾਣ ਬੀਨ ਕਰਕੇ ਆਇਆ। ਹੁਣ ਉਹ ਫਾਰਮ ਹਾਊਸ ਦੇ ਵਿੱਚ ਉਹਦੇ ਬੜੇ ਵਧੀਆ ਗਿੱਲੀ ਥਾਂ ਦੇ ਉੱਤੇ ਪੈਰਾਂ ਦੇ ਨਿਸ਼ਾਨ ਜਿਹੜੇ ਲੱਗੇ ਹੋਏ ਆ ਤਾਂ ਇਹ ਕਨਫਰਮ ਹੋ ਗਿਆ ਕਿ ਜਿਹੜਾ ਲੈਪਟ ਇੱਥੇ ਆਇਆ। ਔਰ ਉਸ ਤੋਂ ਬਾਅਦ ਉਸ ਫਾਰਮ ਹਾਊਸ ਨੂੰ ਇੱਥੋਂ ਤੱਕ ਨਿਸ਼ਾਨ ਲੱਗੇ ਸੀ ਉਹ ਟੱਪ ਗਿਆ। ਅੱਗੇ ਫਿਰ ਜਿਹੜੇ ਨਾ ਉੱਥੇ ਲਗਾਤਾਰ ਫਾਰਮ ਹਾਊਸ ਬਣੇ ਹੋਏ ਨੇ, ਸਿਰਫ 4 ਦੀਵਾਰੀ ਹੋਈ ਹੈ, ਉੱਥੇ ਰਹਿੰਦਾ ਕੋਈ ਨਹੀਂ ਹੈ, ਨਾ ਕੋਈ ਅੰਦਰ ਕੁਝ ਕੰਸਟਰਕਸ਼ਨ ਹੈ। ਤਾਂ ਉਹ ਜਿਹੜੇ ਫਾਰਮ ਹਾਊਸ ਹੈ ਬੇਆਬਾਦ, ਉਹਨਾਂ ਦੇ ਵਿੱਚ ਵੀ ਅਸੀਂ ਜਿਹੜੇ ਹੈਗੇ ਆਸ ਪਾਸ ਜਿੰਨੇ ਵੀ ਸੀ ਸਰਚ ਕੀਤੀ ਹੈ ਉਹ ਕਿਤੇ ਵੀ ਨਹੀਂ ਦਿਖਾਈ ਦਿੱਤਾ। ਤਾਂ ਮੈਨੂੰ ਇਸ ਗੱਲ ਦੀ ਪੂਰੀ ਉਮੀਦ ਹੈ, 99% ਉਮੀਦ ਹੈ ਕਿ ਉਹ ਇੱਥੋਂ ਰਿਹਾਇਸ਼ੀ ਇੱਕ ਇਲਾਕੇ ਦੇ ਵਿੱਚੋਂ ਨਿਕਲ ਗਿਆ, ਪਰੰਤੂ ਫਿਰ ਵੀ ਮੈਂ ਲੋਕਾਂ ਨੂੰ ਕਹਿ ਕੇ ਆਇਆ ਵੀ ਸਿਰਫ ਅੱਜ ਦਾ ਰਾਤ ਜ਼ਰੂਰ ਉਹ ਕੇਅਰ ਕਰਨ, ਥੋੜ੍ਹਾ ਜਿਹਾ ਧਿਆਨ ਰੱਖਣ, ਖਾਸ ਕਰਕੇ ਬੱਚਿਆਂ ਦਾ, ਅਤੇ ਬੱਚਿਆਂ ਨੂੰ ਰਾਤ ਨੂੰ ਨਾ ਫਿਰਨ ਦੇਣ ਅਤੇ ਆਪਣੇ ਜਿਹੜੇ ਕੋਈ ਛੋਟੇ ਪਸ਼ੂ ਹੈਗੇ ਆ, ਛੋਟੇ ਜਿਹੜੇ ਆ ਬੱਕਰੀ ਵਗੈਰਾ ਜਾਂ ਕੋਈ ਭੇਡ ਇੱਦਾਂ ਦਾ ਕੁਝ ਹੈਗੇ ਕੁੱਤੇ, ਉਹਨਾਂ ਦਾ ਆਪਣੇ ਨੂੰ ਧਿਆਨ ਰੱਖਣ। ਅਤੇ ਅੱਜ ਰਾਤ ਨੂੰ ਫਿਰ ਉਹ ਮੂਵਮੈਂਟ ਕਰੇਗਾ ਔਰ ਉਹ ਜਿਹੜੀ ਮੂਵਮੈਂਟ ਹੈ ਕੋਈ ਨਾ ਕੋਈ ਉਹਨੂੰ ਜ਼ਰੂਰ ਦੇਖੂਗਾ, ਤਾਂ ਫਿਰ ਸਾਨੂੰ ਅਗਲੀ ਉਹਦਾ ਪਤਾ ਲੱਗੇਗਾ ਕਿ ਉਹ ਕਿੱਥੇ ਪਹੁੰਚ ਗਿਆ। ਅੱਛਾ ਸਰ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬੱਚੇ ਜਾਂ ਵੱਡੇ ਧਿਆਨ ਰੱਖਣ, ਇਹ ਲੱਗਦਾ ਵੀ ਇਕੱਲੇ ਬੰਦੇ ਨੂੰ ਵੀ ਨਹੀਂ ਬਾਹਰ ਨਿਕਲਣਾ ਚਾਹੀਦਾ, ਝੁੰਡ 'ਚ ਨਿਕਲਣਾ ਚਾਹੀਦਾ ਜਾਂ ਹੱਥ 'ਚ ਛੋਟੀ ਹਥਿਆਰ ਵਗੈਰਾ ਲੈ ਕੇ? ਜਿੱਥੋਂ ਤੱਕ ਜਿਹੜਾ ਮੈਨੂੰ ਇਹਦੇ ਬਾਰੇ ਪਤਾ ਹੈ, ਕੋਈ ਇਹ ਛੇਤੀ ਜਿਹੜਾ ਹੈਗਾ, ਭਾਵੇਂ ਬੰਦਾ ਇਕੱਲਾ ਹੋਵੇ, ਜੇ ਵੱਡਾ ਬੰਦਾ ਹੈ ਨਾ ਪੂਰਾ ਜਿਹੜਾ 20-25 ਸਾਲ ਦਾ ਜਵਾਨ ਹੈਗਾ, ਇਹੋ ਜਿਹੇ 'ਤੇ ਹਮਲਾ ਨਹੀਂ ਕਰਦਾ, ਨਾ ਇਹ ਗਾਂ 'ਤੇ ਕਰੇਗਾ ਹਮਲਾ, ਨਾ ਮੱਝ 'ਤੇ ਕਰਨਾ। ਜੇ ਗਾਂ ਮੱਝ ਦੇ ਬੱਚਿਆਂ 'ਤੇ ਕਰੇਗਾ, ਬੱਕਰੀ 'ਤੇ ਕਰ ਸਕਦਾ, ਕੁੱਤਾ ਜਾਂ ਜਿਹੜਾ ਇਨਸਾਨ ਦਾ ਛੋਟਾ ਬੱਚਾ, ਇਸ ਤੋਂ ਸਿਵਾ ਇਹ ਬੈਠਾ ਹੋਇਆ ਤਾਂ ਇਹਦੇ ਕੋਲੋਂ ਨਹੀਂ ਲੰਘ ਜੋ ਇਹਨੇ ਕੁਛ ਵੀ ਕਿਸੇ ਦੇ ਅੰਦਰ। ਕਿਹੜੇ ਇਲਾਕੇ ਤੋਂ ਨੇੜੇ ਤੇੜੇ, ਕਿਉਂਕਿ ਕੋਈ ਜੰਗਲ ਬਹੁਤਾ ਵੱਡਾ ਇਲਾਕਾ ਮੱਤੇ ਵੜ ਤੋਂ ਨੇੜੇ ਕੋਈ ਵੀ ਜੰਗਲ ਨਹੀਂ ਹੈ? ਨਹੀਂ, ਮੱਤੇ ਵੜੇ ਤੋਂ ਨਹੀਂ ਆਇਆ ਹੈਗਾ, ਇਹ ਤਾਂ ਜਿਹੜਾ ਸਰਦੀਆਂ ਦੇ ਵਿੱਚ ਜੋ ਪਹਾੜਾਂ 'ਚ ਬਰਫ਼ ਪੈਂਦੀ ਆ, ਜਿਉਂ ਜਿਉਂ ਬਰਫ਼ ਪੈਂਦੀ ਜਾਂਦੀ ਹੈ ਤੇ ਜਾਨਵਰ ਜਿਹੜਾ ਥੱਲੇ ਨੂੰ ਆਉਣਾ ਸ਼ੁਰੂ ਕਰ ਦਿੰਦੇ ਆ। ਇਕੱਲਾ ਲੈਪਟ ਨਹੀਂ, ਹੋਰ ਵੀ ਜਿਹੜੇ ਹੈਗੇ ਆ, ਨੀਲਗਾਂ ਹੋ ਗਏ, ਹਿਰਨ ਹੈ, ਸਾਂਭਰ ਹੈ, ਇਹ ਸਾਰੇ ਜਿਹੜੇ ਜਾਨਵਰ ਥੱਲੇ ਨੂੰ ਆਉਣਾ ਸ਼ੁਰੂ ਕਰ ਦਿੰਦੇ ਆ। ਔਰ ਸਾਨੂੰ ਸਿਰਫ ਲੈਪਟ ਨਹੀਂ, ਇਸ ਤੋਂ ਇਲਾਵਾ ਵੀ ਜਿਹੜੇ ਜਾਨਵਰ ਆ ਲਗਾਤਾਰ ਸਾਨੂੰ ਫੋਨ ਆਉਂਦੇ ਆ
और असि उन्होंने कई थां एक्सीडेंट भी हो जाता इन्हों का रेस्क्यू भी हाँ तो रेस्क्यू असं इन्हों का तैनात की गई जो देखा जा रहा है उन्होंने लभन की किदा की कोशिश की जा रही है कि टीम जी साढ़े पास जो असं दो टीम का काम चला रहे हैं जी क्योंकि सानू 24 घंटे काम करना पैंता कुछ जो टीम हैगी दिने काम करती है रात को भी जो इतने सेंट्रल ग्रीन जी कलोनी हैगी रात को भी सारी टीम मौजूद रही है और दिन रात काम कर रहे दो टीम काम कर रही है। चंद सरपंच देवनगर तो अच्छा सरपंच साहब कहते इलाके फिर तेंदुआ कहते घूमता हाँ जी हाँ जी सवेरे ना मेरा मुंडा राकेश कुमार रमेश कुमार है ये लाइट एंड टेंड हाउस का कम करते सवेरे जो साढ़े 5:15 बजे वापस आया तो ये सड़क के मेन सड़क के बूहे सामने आ गया ही तेंदुआ उस तो बाद इन्होंने घर जाके मैं फोन किया तो मैं फोन से सारी गल पुछी तो मैं पता से भी पिछले कल जो सेंट्रल ग्रीन च हो सकता भी जे तो ना भी पता हों सेंट्रल ग्रीन की कल की अफवाह जी उठी वह बाहर नहीं सच्ची गल सी तो हो सकता मैं इतने भी आ गया हो तो फिर असी मैं जो अलॉसमेंट की है मंदिर जाके कि साढ़े लोग जोड़े है अपने बच्चों संभाल लैन भी मतलब बाहर खुले न खुले घूमने नेरा सगा पर मैं फिर उस तो बाद पुलिस डिपार्टमेंट फोन किए हैं चौकी फोन किए सदर थाने फोन किया सदर वाले ने वन विभाग का नंबर दिता जानू मैं उन्होंने नंबर मिला ही रहा तो उन्होंने फोन आ गया मैंने कि गलबात है जी मैं क्या जी इदा का सारी सिचुएशन दसी पे इदा का तेंदुआ टुपया इतने तो कहते जी अं 2 घंटे तक चानना चुनना हो जाता फिर आने ये देखते हैं फिर उस ये 7.5 फुट 7-8 फुट दीवार है जी। अच्छा जी हाँ जी हाँ जी जोड़े सामने निशान भी दिखाए आ क्योंकि वो बंदा साडा जिहड़ा मुंडा उन्हें पक्का देखे जो फोन फोटो खिंचन लगे से कैमरे की मतलब बैटरी डाउन से वो फोटो नहीं खिंच सकया जदे फिर मैंने फोन किया। अच्छा पैरों के निशान भी नजर आ रहे पैरों के निशान हाँ चने के ताज़ा पानी लाया हुआ से आ चने का खेत है जी चने के ताज़ा पानी लाए उत्थे सारे निशान लगे हुए हैं अगे पिछले कल ही जंगल जे घा फूट ज़्यादा सगा इतने इन्होंने मतलब अग लाई हुई थी वो निशान जोड़े पैरों के गिले हो गए उस गिले हो गए पैरों दवाल जो लंघिया दवाल से काले निशान लगे हुए। अच्छा इलाके च सहम है पूरा पूरा सहम है जी मैं उन्होंने फोन किया दबोबरी अलॉसमेंट की है तो हम सारे सहमे हुए भी साढ़े भी बच्चे बाहर खेडते घूमते क्योंकि खुला एरिया साढ़ा सारे घूमते रहेंगे आ खाली हाउस फार्म है 2-3-4 है वो साढ़े अं देखे बाद दोपहरे भी डंडे डुंडे लैके सारे देखे फिर तो इतने मतलब नेड़े तेड़े तो है नहीं पता कितने बच्चे स्कूलों गए नहीं अज गए नहीं बच्चे कुछ कहते छुट्टी है कुछ कहते नहीं जाना दहस की पता रस्ते को मिल जाने को हो जाए इस करके डर का माहौल है जी बिल्कुल असं प्रशासन तो अपील करते भी यदि छानबीन की जाए जे तेंदुआ कित हाथ आता तो उन्होंने अरैसट किया जाए ताकि साढ़े बच्चों का जो माहौल बनया हुआ डर का ये ठीक हो सके।